ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਮੇਰੇ ਅੱਜ ਕੇ ਵਲੌਗ ਮੈਂ। ਅੱਜ ਬੜੇ ਚਿਰ ਬਾਅਦ ਯਾਰ ਵੇਲੇ ਇਕੱਠੇ ਹੋਏ ਨੇ। ਆਹ ਦੇਖੋ ਤਿੰਨ ਤਾਂ ਬੈਠਿਆ, ਕੰਗ ਬੈਠਾ ਨਾਲ, ਭੁੱਲ ਗਿਆ ਭੁੱਲਦਾ ਨੀ ਕਿਤੇ ਇਹਨੂੰ। ਇਹਦੇ ਨਾਲ ਅਸੀਂ ਤੋਸ਼ਿਬ ਦੀ ਵੀਡੀਓ ਦੇਖ ਲਵਾਂ, 34 ਸੈਕਟਰ ਵੀਡੀਓ ਬਣਾਈ ਸੀ। ਤੇ ਆਪਣਾ ਮਸੂਰੀ ਵਾਲਾ ਬਾਈ ਸਿਮਰਤਪਾਲ ਸਿੰਘ ਸਾਨੂੰ ਛੱਡਣ ਚੱਲਿਆ ਟ੍ਰੇਨ ਸਟੇਸ਼ਨ ਤੇ। ਅਸੀਂ ਚੱਲੇ ਹਾਂ ਅੰਬਰਸਰ ਮੱਥਾ ਟੇਕਣ, ਗੋਡ ਬਲੈਸ ਅਸ। ਤੇ ਆ ਚੁਰ ਚੁਰ ਜਿਹੀ ਹੋ ਜਾਂਦੀ, ਸਮਾਨ ਬਾਹਲਾ ਤੁੰਨਿਆ। ਇੱਕ ਤਾਂ ਨਾ ਲੋਕ ਮੈਨੂੰ ਬਾਹਲਾ ਵਿੱਚ ਤੰਗ ਕਰਦੇ ਆ, ਮੈਂ ਤੁਹਾਨੂੰ ਟ੍ਰੇਨ ਸਟੇਸ਼ਨ ਜਾ ਕੇ ਮਿਲਦਾ। ਆ ਗਏ ਜੀ ਅਸੀਂ, ਤੇ ਅਸੀਂ ਆ ਗਏ ਟ੍ਰੇਨ ਦੀ ਵੇਟ ਕਰੀ ਜਾਂਦੇ ਹਾਂ। ਤੇ ਸਿਮਰਤਪਾਲ ਕੋਈ ਗੱਲ ਕਹਿਣਾ ਚਾਹੁੰਗਾ? ਬਸ ਜੀ ਬੈਠੇ, ਉਹ ਦੇਖੋ ਜੀ ਪਤੰਦਰ ਦੂਰ ਬੈਠੇ ਬਹੁਤ, ਪਰ ਚੱਲ ਸ਼ੁਕਰ ਹੈ ਵਧੀਆ ਟ੍ਰੇਨ ਪਈ ਟ੍ਰੇਨ 'ਤੇ ਉੱਥੇ ਕੁੱਤਰ ਬਰਡ ਵਾਚਿੰਗ ਹੋ ਰਹੀ ਹੈ ਜੀ। ਤੇਜੀ ਸਾਹਿਬ, ਤੇਜੀ ਸਾਹਿਬ ਬਾਏ ਯਾਰ, ਮੈਂ ਦੇਖ ਲੈਂਦਾ ਬਾਏ ਕਰਦੇ ਬਾਏ। ਤੁਹਾਨੂੰ ਬੂਟ ਆਰਡਰ ਕਰ ਰਿਹਾ ਜੀ ਮੇਰੇ ਵਾਸਤੇ, ਥੈਂਕਸ ਕੰਗ ਵਰੋ। ਮੇਰੇ ਬਰਥਡੇ ਆ ਰਿਹਾ ਦਸੰਬਰ 'ਚ, ਅਤੇ ਤੇਜੀ ਬਾਈ ਐਸ ਯੂਜੁਅਲ ਆਪਣੇ ਪੱਟ ਦੇਖ ਰਿਹਾ, ਪਤਾ ਨਹੀਂ ਕਿਉਂ ਕੋਈ ਸੀ ਰੀਜ਼ਨ ਕਰਕੇ। ਅਤੇ ਦਾਲ ਖਾਈ ਨਾ ਸਵਾਦ, ਵੈਰੀ ਟੇਸਟੀ। ਰਿਵਿਊ ਰਿਵਿਊ ਯੂ ਵਾਂਟ ਰਿਵਿਊ ਕੋ ਸਭ ਆਪ ਦੱਸਣਗੇ ਉਹਨੂੰ ਟੇਸਟ। ਖਾਣੇ ਦਾ ਤਰੀਕਾ ਕਾਫੀ ਕੈਜੂਅਲ ਹੈ। ਤੂੰ ਵੀ ਮਾਰ ਲੈ ਚੁੰਝ ਜੀ, ਖਾ ਕੇ ਦੇਖ, ਇੱਕ ਦਾਣਾ ਖਾ ਕੇ ਦੇਖ, ਰੱਜ ਗਿਆ ਤੂੰ ਤਾਂ, ਤੇਰੇ ਵਾਸਤੇ ਬਹੁਤ ਆ ਸਵਾਦ। ਬੜੇ ਸੋਹਣੇ ਲੱਗਦਾ ਫਰੇਮ ਚ, ਨਾਲ ਖੜਕੇ ਤਾਂ ਵੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਣੇ। ਰੱਬ ਦਾ ਨਾਮ ਲੈ ਲਓ, ਪਹੁੰਚ ਕੇ ਆਪਾਂ ਅੰਮ੍ਰਿਤਸਰ ਜੰਕਸ਼ਨ ਪਹੁੰਚ ਗਏ ਕਿੱਥੇ ਬੈਠਾ। ਇਹ ਪਹੁੰਚ ਕੇ ਤਾਂ ਤੁਸੀਂ ਟੈਂਪੂ ਜਾਂ ਬੱਸ ਜਿਸ ਚੀਜ਼ ਵੀ ਅਸੀਂ ਟਰੈਵਲ ਕਰਾਂਗੇ ਅਸੀਂ ਤੁਹਾਨੂੰ ਉਹਦੇ 'ਚ ਮਿਲਦੇ ਹਾਂ ਜਾ ਕੇ, ਠੀਕ ਹੈ। ਹੁਣ ਹੀ ਚੈੱਕ ਕਰ ਲੈ ਨਾਲ ਜੀ ਨਾਲ। ਅਸੀਂ ਏਅਰਪੋਰਟ 'ਤੇ ਖੜ੍ਹੇ ਹਾਂ, ਲੈਂਡ ਹੋ ਗਿਆ ਏਅਰਪੋਰਟ, ਏਅਰਪੋਰਟ ਕੌਣ ਸੀ ਡੈੱਕ ਪਿਆ, ਡੈੱਕ ਤਾਂ ਪੈਂਦਾ ਪਰ ਤੇਜ਼ੀ ਤਾਂ। ਆ ਮੁੰਡੇ ਆ ਗਏ, ਪਹੁੰਚ ਗਏ ਅੰਮ੍ਰਿਤਸਰ। ਆ ਕੀ ਬਾਤ ਆ ਮੁੰਡਿਆ, ਇੱਕ ਵਾਰ ਕੋਈ ਗੱਲਬਾਤ ਦੱਸ ਦਿਓ। ਤੁਹਾਨੂੰ ਬੋਡੀ ਦਿਖੀ ਜੀ, ਥ੍ਰੀ ਵੀਲਰ ਮੈਂ ਬੈਠ ਗਿਆ। ਤੇ ਕਰਨ ਆ ਚਾਦਰੀ ਤਾਂ ਐਂ ਲੱਗਦਾ ਜਿਵੇਂ ਬਾਹਰੋਂ ਆਇਆ ਹੁੰਦਾ, ਅਸਥੈਟਿਕ ਇੰਡੀਅਨ ਦੇਖਣ ਹੈ ਨਾ, ਬਾਹਰ ਅੰਗਰੇਜ਼ੀ ਲਾਇਆ, ਅਸਥੈਟਿਕ ਇੰਡੀਅਨ ਲੱਗਦਾ ਬਈ। ਅੰਦਰ ਆ ਚਾਦਰ ਆ ਕਿੱਥੋਂ ਲਵਾਇਆ, ਬੜਾ ਸੋਹਣਾ ਕੰਬਲ ਆ, ਕੰਬਲ ਅੱਛਾ ਸਵਾਰੀ ਘੁਮਾਈ ਦੀ ਆ ਬਾਰਡਰ ਬੋਰਡਰ ਟੂਰਿਸਟ, ਹਾਂ ਸੋਹਣਾ ਲੱਗਦਾ। ਸਾਰਾ ਕੁਛ ਹੋ ਗਿਆ ਅਤੇ ਪਹੁੰਚ ਗਏ, ਅਤੇ ਹੁਣ ਤੁਰ ਕੇ ਜਾਵਾਂਗੇ। ਰਸ਼ ਪੂਰਾ ਜੀ, ਪੂਰਾ ਦਵਾ ਦੜ ਦਵਾ ਦਵ ਭਰਿਆ ਹੋਇਆ ਰਸ਼, ਤਾਂ ਮੈਂ ਕਹਿੰਦਾ ਆਵਾਜ਼ ਵੀ ਨਹੀਂ ਆ ਰਹੀ। ਅਸੀਂ ਆ ਗਏ ਅਤੇ ਹੋਟਲ 'ਚ ਬੈਠੇ ਹਾਂ, ਅਤੇ ਹੋਟਲ 'ਚ ਫਿਰ ਮੈਂ ਅੱਜ ਕਰਨ ਨਾਲ ਸੋਊਂਗਾ ਅਤੇ ਤੇਜੀ ਮਾਨਕ ਨਾਲ ਸੋਊਂਗਾ, ਅਤੇ ਦੋ ਬੈੱਡ ਕਰਾਇਆ ਜੀ। ਆਪਣਾ ਹੋਟਲ ਆ ਜੀ, ਅਤੇ ਹੋਟਲ ਹੋਟਲ 'ਚ ਇੱਕ ਬਿਸਤਰਾ ਹੈ ਜਿਹੜਾ ਅਸੀਂ ਅੰਮ੍ਰਿਤਸਰ ਲਪੇਟਤਾ, ਅਤੇ ਇੱਕ ਬਿਸਤਰਾ ਹੈ, ਦੋ ਬਿਸਤਰੇ ਆ, ਅਤੇ ਆ ਬਾਥਰੂਮ ਵਿੱਚ ਲੜਾਈ ਹੋਈ ਆ ਜੀ। ਕਹਿੰਦੇ 2 ਮਿੰਟ ਮੈਂ ਆਜੂਗਾ ਅੰਦਰ, ਕਹਿੰਦੇ 2 ਘੰਟੇ ਵਾਸਤੇ ਚੱਲ ਜਿਓ, ਇੱਦਾਂ ਦਾ ਕੁਛ ਹੋ ਰਿਹਾ। ਅਤੇ ਉਰੇ ਪਰਨਾ ਬੰਨ ਕੇ ਹੁਣ ਆਪਾਂ ਤਿਆਰ ਹੋ ਜਾਵਾਂਗੇ, ਉਹਨੇ ਜਾ ਕੇ ਮੱਥਾ ਟੇਕ ਆਵਾਂਗੇ ਪਹਿਲੇ। ਉਹ ਦੇਖੋ ਵਾਓ ਵਾਟ ਟੈਲੈਂਟ ਬਈ, ਫੋਨ ਕਿਉਂ ਇੰਨਾ ਖਤਰਨਾਕ ਤਰੀਕੇ ਨਾਲ ਅੰਦਰ ਲਾ ਦਿਆ, ਕਿਸੇ ਨੇ ਮਾਰਤਾ ਮੋਢਾ ਥੱਲੇ ਜਾਊਗਾ, ਵੱਡਾ ਸਪਾਈਡਰਮੈਨ। ਪਰਨਾ ਪੁਰਨਾ ਬੰਨ ਕੇ ਤਿਆਰ ਹੋ ਕੇ ਚੱਲੇ ਹਾਂ ਗੁਰਦੁਆਰਾ ਸਾਹਿਬ ਵਾਲੇ। ਪੰਜ ਰੁਪਏ ਦਾ ਖਾਣ ਆ ਗਿਆ, ਪੀਣ ਆ ਗਿਆ, ਕੋਈ ਬੜਾ ਰੱਬ ਦੇ ਲੰਗਰ ਲੱਗ ਚੱਲੇ
ਇਸ਼ਨਾਨ ਕਰਨ ਚੱਲੇ ਆ ਲੱਗਦਾ ਅਭੀ ਦੇ ਸਾਲ ਦੇ ਵਿੱਚ ਮੁੰਡੇ ਤੁਰੇ ਆ ਰਹੇ ਆ ਤੇ ਸਾਰੇ ਫੋਲੋ ਕਰਕੇ ਸਾਰਾ ਕੁਝ ਅਸੀਂ ਦਰਸ਼ਨ ਹੋ ਗਏ ਤੇ ਵਾਹਿਗੁਰੂ ਜੀ ਦੇ ਦਰਸ਼ਨ ਹੋ ਗਏ ਤੇ ਆ ਗਏ ਅਸੀਂ ਉੱਥੇ ਕੋਈ ਵੀਡੀਓ ਨਹੀਂ ਬਣਾਈ ਕਿ ਉਹਨਾਂ ਨਾਲ ਫਿਰ ਜ਼ਿਆਦਾ ਵੀਡੀਓ ਬਣਾਉਣੀ ਵਧੀਆ ਨਹੀਂ ਲੱਗਦੀ ਹਰ ਜਗ੍ਹਾ ਤਾਂ ਪ੍ਰੋਵਾਈਡ ਹੁੰਦਾ ਇਹ ਥ੍ਰੀ ਵੀਲਰਾਂ 'ਚ ਵੱਜਦਾ ਫਿਰਦਾ ਬਾਲੀ ਦੀ ਐਨ ਮਿਸ ਕਰਕੇ ਅਸੀਂ ਤਾਂ ਹੋਟਲ ਦੇ ਕੱਪੜੇ ਕੁਪੜੇ ਚੇਂਜ ਕਰਕੇ ਤੁਹਾਨੂੰ ਕਰਦੇ ਹਾਂ ਵਾਪਸ ਗੱਲ ਦਿਖਾ ਦੇ ਹੋਟਲ ਬਾਹਰੋਂ ਕੈਸ਼ ਦਿਖਾਉਣਾ ਕੋਈ ਫੋਲੋ ਫੁੱਲੋ ਕਰ ਲਿਆ ਕਰਾ ਅਤੇ ਲੁੱਕ ਚੈੱਕ ਕਰੋ ਆਪਣੇ ਭਰਾ ਵੀ ਪਰਨਾ ਪੁਰਨਾ ਅਸੀਂ ਆਪ ਬੰਨ ਲੈਂਦੇ ਪਰ ਘੱਟ ਹੀ ਬੰਨੀ ਦਾ ਐਤਕੀ ਬੰਨ ਲਿਆ ਗੁਰੂ ਦੇ ਦੁਆਰ ਆਏ ਸੀਗੇ ਚਲੋ ਠੀਕ ਹੈ ਆਹ ਦੇਖੋ ਜੀ ਅਸੀਂ ਚੱਲੇ ਹਾਂ ਅਤੇ ਹੁਣ ਆਪਾਂ ਇੱਕ ਜਗ੍ਹਾ ਦੇਖੀ ਹੈ ਉੱਥੇ ਚੱਲੇ ਹਾਂ ਤੁਹਾਨੂੰ ਨਾਮ ਉੱਥੇ ਜਾ ਕੇ ਦੱਸਾਂਗੇ ਅਤੇ ਯਾਰ ਦੋਸਤ ਚੱਲੇ ਹਾਂ ਆਪਣੇ ਸਾਰੇ